सॉरी प्लीज हटायो ना सानू काम तो। यार मैं चाहना थानू हटाना, इन्ना इन्ना कर्जा चढ़ गया साढ़े ते, थोड़ी कदे तनखा रुकी है। उत्थे भरावा तीन तीन शिफ्टां लगदियां ने तां जाके गुजारे हुंदे आ। आपां नूं लगदा कि उत्थे डॉलर कमा रहे ने उह। ਸਤਿ ਸ਼੍ਰੀ ਅਕਾਲ ਸਿਮਰਨ, ਕਿਵੇਂ ਹੋ? ਸਤਿ ਸ਼੍ਰੀ ਅਕਾਲ ਸਨੀ, ਹੋਰ ਸਮਾਨ ਲਗਾਤਾ ਸਾਰਾ? ਹਾਂਜੀ। ਗਾਹਕ ਆਇਆ ਸੀ ਕੋਈ? ਨਹੀਂ ਵੀਰੇ। ਨਾਲੇ ਇੱਧਰ ਆਓ, ਗੱਲ ਸੁਣੋ। ਕਿੰਨੀ ਤਰੀਕ ਆ ਅੱਜ? 27 ਤਰੀਕ। 27 ਤਰੀਕ, ਕੱਲ ਨੂੰ ਤੁਹਾਡੀ ਸੈਲਰੀ ਲੈ ਕੇ ਆਇਆ ਸੀ ਮੈਂ। ਸਤਿ ਸ਼੍ਰੀ ਅਕਾਲ ਸਿਮਰਨ, ਕਿਵੇਂ ਹੋ? ਹਾਂ ਵੀ ਬਾਬਾ ਸਿੰਘ। ਵੀਰੇ ਕੀ ਰਿਪੋਰਟ ਆ? ਰਿਪੋਰਟ ਤਾਂ ਵੀਰੇ ਹੁਣ ਸਮਾਨ ਤਾਂ ਪੂਰਾ, ਪਰ ਗਾਹਕ ਨਹੀਂ ਆ ਰਹੇ ਯਾਰ, ਲੱਗ ਹੀ ਨਹੀਂ ਰਿਹਾ। ਤਿਉਹਾਰ ਹੈਗੇ ਨੇ ਤੇ ਫਿਰ ਹੌਸਲਾ ਕਿਉਂ ਛੱਡੀ ਜਾਂਦਾ? ਲੰਘ ਗਏ ਤਿਉਹਾਰ। ਨਹੀਂ ਵੀਰੇ, ਸਮਾਨ ਤਾਂ ਪੂਰਾ ਨਾ, ਇੰਨਾ ਸ਼ੁਕਰ ਕਰੀਦਾ ਹੁੰਦਾ। ਵੀਰੇ ਗਾਹਕ ਨਾ ਆਨਲਾਈਨ ਵੱਲ ਜਾ ਰਿਹਾ ਜ਼ਿਆਦਾ। ਉਹ ਕੋਈ ਨਾ, ਆਨਲਾਈਨ ਕਿੰਨਾ ਖਰੀਦ ਲਊਗਾ ਜਿਹੜਾ ਆਪਣਾ ਪੱਕਾ ਗਾਹਕ ਆਪਣੇ ਕੋਲ ਹੀ ਆਉਣਾ। ਠੀਕ ਹੈ, ਨਾਲੇ ਗਾਹਕ ਦੇ ਮੌਤ ਦਾ ਪਤਾ ਨਹੀਂ ਹੁੰਦਾ ਕਿਸ ਟਾਈਮ ਆ ਗਏ, ਸਾਹਮਣੇ ਖੜ ਜੇ। ਤਿਆਰੀ ਰੱਖੋ ਬਸ ਵੀਰੇ। ਨਾਲੇ ਪੈਸੇ ਹੈਗੇ 10,000 ਤੋਂ। 10,000? ਕੀ ਹੋ ਗਿਆ? ਉਹ ਕਮੇਟੀ ਯਾਰ, ਇਹਨਾਂ ਨੂੰ ਹੁਣ ਕੀ ਜਵਾਬ ਦੇਵਾਂ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਫੋਨ ਕਰੀ ਜਾਂਦੀ, ਤੁਸੀਂ ਸਾਹਮਣੇ ਹੀ ਕੱਟੀ ਜਾਂਦੇ ਹੋ। ਨਹੀਂ ਐਕਚੁਅਲੀ ਮੈਂ ਹੁਣੇ ਆਇਆ ਸੀਗਾ, ਥੋੜ੍ਹਾ ਬਿਜ਼ੀ ਸੀਗਾ। ਅਤੇ ਕਮੇਟੀ ਭਾਜੀ? ਕਮੇਟੀ ਮੈਨੂੰ ਨਾ 3-4 ਦਿਨਾਂ ਦਾ ਟਾਈਮ ਦੇ ਦਿਓ, ਮੈਂ ਕਰਵਾ ਦਿੰਦਾ ਵਾਂ। ਤਰੀਕ ਕਿੰਨੀ ਅੱਜ ਦੇਖੋ? 27 ਤਰੀਕ ਹੋ ਗਈ। ਹਾਂਜੀ, 20 ਤਰੀਕ ਦਾ ਟਾਈਮ ਸੀਗਾ। ਹਫ਼ਤਾ ਪਹਿਲਾਂ ਹੀ ਲੇਟ ਆ। ਲੇਟ ਤਾਂ ਹੈਗਾ, ਪਰ ਅੱਗੇ ਮੈਂ ਟਾਈਮ ਸਿਰ ਹੀ ਦਿੰਦਾ ਵਾ, ਤੁਹਾਨੂੰ ਪਤਾ ਹੀ ਆ। ਟਾਈਮ ਅੱਗੇ ਤਾਂ ਦਿੰਦੇ, ਹੁਣ ਵੀ ਤਾਂ ਦੇਣੀ ਆ ਨਾ, ਮੈਂ ਵੀ ਅੱਗੇ ਦੇਣੀ ਹੁੰਦੀ ਆ। ਐਕਚੁਅਲੀ ਨਾ ਹੁਣ ਸੀਜ਼ਨ ਆ, ਬਸ 3-4 ਦਿਨਾਂ ਤੱਕ ਮੇਰਾ ਵਧੀਆ ਸੇਲ ਹੋ ਜਾਣੀ ਆ, ਪੈਸੇ ਹੋ ਜਾਣੇ, ਮੈਂ ਤੁਹਾਨੂੰ ਕਰਵਾ ਦੂੰਗਾ। ਹਾਂਜੀ, ਮੈਂ ਅੱਗੇ ਟਾਈਮ, ਮੈਂ ਅੱਗੇ ਜਵਾਨ ਦਿੱਤੀ ਹੁੰਦੀ ਆ, ਮੈਂ ਉਹਨਾਂ ਤੋਂ ਵੀ ਸੁਣਦੀ ਆ ਗੱਲਾਂ। ਤੁਸੀਂ 2-3 ਦਿਨਾਂ ਦਾ ਟਾਈਮ ਦਿਓ। 2-3 ਦਿਨ ਪਹਿਲੀ ਮੈਂ ਹਫ਼ਤਾ ਦੇਖੋ, ਤੁਸੀਂ ਜਦੋਂ ਲੈਣੀ ਸੀ, ਜਦੋਂ ਚੱਕ ਲਈ ਕਮੇਟੀ, ਉਦੋਂ ਤੁਸੀਂ 20 ਤੋਂ 21 ਨਹੀਂ ਹੋਣ ਦਿੱਤੀ। ਠੀਕ ਆ, ਅੱਜ 27 ਤਰੀਕ ਹੋ ਗਈ, ਪਹਿਲੀ ਹਫ਼ਤਾ ਲੇਟ ਆ। ਫਿਰ ਮੈਂ ਫੋਨ ਕਰ ਰਹੀ, ਤੁਸੀਂ ਫੋਨ ਨਹੀਂ ਚੱਕਦੇ। ਜਾਂ ਤਾਂ ਫਿਰ ਮੇਰੇ ਕੋਲ 5,000 ਹੈਗਾ, 5,000 ਲੈ ਜਾਓ। ਮੈਂ ਕਿਸ਼ਤਾਂ 'ਚ ਥੋੜ੍ਹੀ ਲੈਣੀ ਕਮੇਟੀ, ਦੱਸ। ਅੱਛਾ, ਆਏ ਸੀ ਅੱਜ, ਕਾਫੀ ਲੇਟ ਹੋ ਗਿਆ ਨਾ, 20 ਤਰੀਕ 27। ਕੋਈ ਨਹੀਂ, ਕਮੇਟੀ ਨੂੰ ਦੇਣੇ ਪੈਸੇ, ਫੋਨ ਕਰ ਦਿੰਦੇ, ਬੁਲਾ ਲੈਂਦੇ। ਨਹੀਂ ਵੀਰੇ, ਉਹ ਤਾਂ ਹੋ ਗਿਆ, ਉਹ ਤਾਂ ਇਹਨਾਂ ਨੇ ਅੱਗੇ ਵੀ ਤਾਂ ਪੂਰੀ ਦਿੱਤੀ, ਅੱਗੇ ਕਿਹੜਾ ਕਿਸ਼ਤਾਂ ਦਿੱਤੀ ਹੈ ਤੁਹਾਨੂੰ? ਅੱਗੇ ਨਹੀਂ ਕਿਸ਼ਤਾਂ 'ਚ ਦਿੱਤੀ, ਤਾਂ ਹੀ ਤੁਹਾਨੂੰ ਹਫ਼ਤੇ ਬਾਅਦ ਦੇਖੋ ਮੈਂ ਫੋਨ ਕੀਤਾ। ਮੈਂ ਤਾਂ ਕਰਦੀ ਹੀ ਨਹੀਂ ਪਈ ਸੀ ਵੀ ਤੁਸੀਂ ਆਪਣੇ ਆਪ ਦੇ ਦੋਗੇ। ਐਕਚੁਅਲੀ ਨਾ 27-28 ਤਰੀਕ ਹੋ ਗਈ, ਇਹਨਾਂ ਨੂੰ ਤਨਖਾਹ ਵੀ ਦੇਣੀ ਸੀਗੀ, ਮੈਂ ਅੱਜ ਹੀ ਦਿੱਤੀ ਹੈ ਇਹਨਾਂ ਨੂੰ ਤਨਖਾਹ। ਤੁਸੀਂ ਤਾਂ ਦੇਖੋ ਦਿੱਤੀ, ਮੈਂ ਵੀ ਅੱਗੇ ਪੇਮੈਂਟ ਦੇਣੀ ਆ, ਹੁਣ ਮੈਨੂੰ ਤੁਸੀਂ ਕਰਕੇ ਦਿਓ ਅਰੇਂਜ ਕਿਸ ਤਰ੍ਹਾਂ। ਮੈਨੂੰ 2-3 ਦਿਨਾਂ ਦਾ ਟਾਈਮ ਦੇ ਦਿਓ, ਹੋ ਜਾਣੀ ਅਰੇਂਜ। 2-3 ਦਿਨ ਭਾਜੀ, ਪਹਿਲਾਂ ਹੀ ਹਫ਼ਤਾ ਲੇਟ ਆ, ਹੁਣ 2-3 ਦਿਨ ਦੇਖੋ ਤੁਸੀਂ ਆ। ਪਰ ਆਪਾਂ ਕੀ ਕਰੀਏ ਯਾਰ, ਹੁਣ ਫਿਰੇ ਆਪਾਂ ਕਰਦੇ ਆ, ਆਪਾਂ ਆਪਣੇ ਪੈਸਿਆਂ 'ਚੋਂ ਦੇ ਦਿੰਦੇ ਹਾਂ। ਹਾਂ ਸਹੀ ਗੱਲ ਹੈ, ਵੈਸੇ ਜਿਹੜਾ ਵੀ ਆਪਣੇ ਔਖੇ ਸੌਖੇ ਟਾਈਮ ਕੰਮ ਆਉਂਦਾ ਹੀ ਹੈ ਨਾ। ਜਿੰਨੇ ਤੁਹਾਨੂੰ ਪੈਸੇ ਚਾਹੀਦੇ ਤੁਸੀਂ ਉਨੇ ਰੱਖ ਲਓ, ਬਾਕੀ ਦੇ ਦਿਓ, ਆਪਾਂ ਵੀਰੇ ਨੂੰ ਦੇ ਦਿੰਦੇ ਹਾਂ। ਮੈਨੂੰ ਤਾਂ 2-3 ਹਜ਼ਾਰ ਚਾਹੀਦਾ ਬਸ, ਇੱਕ ਅੱਧੀ ਕਿਸ਼ਤ ਲੱਗਣੀ ਹੁੰਦੀ ਵਿੱਚ। ਵੀਰੇ ਨੂੰ ਥੋੜ੍ਹੇ ਟਾਈਮ ਬਾਅਦ ਵੈਸੇ ਵੀ ਮੋੜ ਦਿੰਦੇ। ਐਂ ਕਰੋ ਤੁਸੀਂ 5,000 ਦਿਓ, 5,000 ਮੈਂ ਦਿੰਦੀ ਹਾਂ, 5,000 ਵੀਰੇ ਕੋਲ ਹੈਗਾ ਹੀ ਆ। ਆਹੀ 2-3 ਦਿਨਾਂ ਦੀ ਗੱਲ ਆ, ਮੈਂ ਤੁਹਾਡੀ ਕਰਾ ਦੂੰਗਾ ਰੇ। ਕਿੰਨੇ ਪੈਸੇ ਦੇਣੇ ਆ? ਕਿਸ਼ਤ ਤਾਂ 15,000 ਆ ਵੀਰੇ। ਤੁਹਾਡੇ ਕੋਲ ਕਿੰਨੇ ਪੈਸੇ ਆ? ਮੇਰੇ ਕੋਲ ਤਾਂ 5 ਆ, ਪਰ ਤੂੰ ਕੀ ਕਰਨੇ? ਤੁਸੀਂ ਦੋ ਤਾਂ ਸੀ। ਹਲੋ, ਤੁਹਾਡੇ 15,000 ਲੈ ਲਾ। ਹਾਂਜੀ ਹਾਂਜੀ ਲੋ।
ਠੀਕ ਹੈ ਜੀ ਚਲੋ ਠੀਕ ਹੈ ਭਾਜੀ ਪਰ ਅੱਗੇ ਤੋਂ ਜੇ ਕਮੇਟੀ ਪਾਣੀ ਹੁੰਦੀ ਹੈ ਨਾ ਤਾਂ ਪਹਿਲਾਂ ਹੀ ਆਪਣਾ ਅਰੇਂਜ ਕਰ ਲਿਆ ਕਰੋ ਦੇਖੋ ਸਾਨੂੰ ਵੀ ਦਿੱਕਤ ਆਉਂਦੀ ਹੈ ਠੀਕ ਹੈ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਿਮਰਨ ਹਾਂ ਜੀ ਵੀਰੇ ਆ ਕੀ ਸੀਗਾ ਵੀਰੇ ਉਹ ਤੁਹਾਨੂੰ ਇੰਨਾ ਬੋਲਦੀ ਪਈ ਸੀ ਅਸੀਂ ਸੁਣੀ ਜਾਂਦੇ ਤੇ ਮੈਂ ਦੋ ਤਿੰਨ ਦਿਨਾਂ ਨੂੰ ਪੈਸੇ ਦੇ ਹੀ ਦੇਣੇ ਸੀਗੇ ਵੀਰੇ ਫਿਰ ਕੀ ਹੋਇਆ ਸਾਨੂੰ ਕਿਹੜਾ ਹਜੇ ਪੈਸੇ ਲੋੜ ਆ ਜਦੋਂ ਤੁਹਾਡੇ ਕੋਲ ਪੈਸੇ ਹੋਣਗੇ ਤੁਸੀਂ ਸਾਨੂੰ ਦੇ ਦਿਓ ਤੇ ਤੇਰੇ ਕੋਲ 10000 ਕਿੱਦਾਂ ਆਇਆ ਵੀਰੇ 5000 ਮੈਂ ਦਿੱਤਾ ਤੇ 5000 ਸਨੀ ਵੀਰੇ ਨੇ ਦਿੱਤਾ ਵੀਰੇ ਕੋਈ ਗੱਲ ਨਹੀਂ ਜਦੋਂ ਤੁਹਾਡੇ ਕੋਲ ਪੈਸੇ ਹੋਣਗੇ ਤੁਸੀਂ ਉਦੋਂ ਦੇ ਦਿਓ ਉਹੀ ਨੇ ਨਾ ਇਹ ਜਿਨ੍ਹਾਂ ਨੂੰ ਥੋੜ੍ਹੇ ਦਿਨ ਪਹਿਲਾਂ ਕੱਢਣ ਨੂੰ ਫਿਰਦਾ ਸੀ ਤਾਂਹੀਓ ਤੈਨੂੰ ਸਮਝਾਉਂਦਾ ਸੀਗਾ ਜਿਹੜੇ ਪੁਰਾਣੇ ਬੰਦੇ ਹੁੰਦੇ ਆ ਨਾ ਉਹ ਫੈਮਿਲੀ ਵਾਂਗੂ ਹੁੰਦੇ ਆ ਖੜੇ ਪੈਰ ਦੇਖ ਲਾ ਲੋੜ ਪਈ ਅਗਲਿਆਂ ਨੇ ਪਰਵਾਹ ਨਹੀਂ ਕੀਤੀ 8000 ਦੇ ਵਿੱਚੋਂ ਵੀ 5-5000 ਦੇ ਤਾ 3-3000 ਘਰੇ ਲੈ ਕੇ ਜਾਣਗੇ ਅਗਲੇ ਨੇ ਤਾਂ ਨਹੀਂ ਸੋਚਿਆ ਕਿ ਵੀਰਾ ਕਦੋਂ ਪੈਸੇ ਦਊਗਾ ਕਦੋਂ ਨਹੀਂ ਦਊਗਾ ਜਿਗਰਾ ਵੱਡਾ ਹੋਣਾ ਚਾਹੀਦਾ ਕਿਉਂਕਿ ਜਿਹੜਾ ਆਪਣਾਪਨ ਨਾ ਇਹ ਕਮਾਉਣਾ ਪੈਂਦਾ ਕੋਈ ਬੇਗਾਨਾ ਵੀ ਔਖੇ ਟਾਈਮ ਕਈ ਵਾਰੀ ਨਾ ਕੰਮ ਆ ਜਾਂਦਾ ਕਈ ਵਾਰੀ ਆਪਣਾ ਵੀ ਨਹੀਂ ਆਉਂਦਾ ਸਮਝ ਗਿਆ ਇਸ ਕਰਕੇ ਮੈਂ ਤਾਂ ਹੀ ਕਹਿੰਦਾ ਸੀ ਇਹਨਾਂ ਨੂੰ ਸਮਝਾਇਆ ਸਮਝ ਗਿਆ ਵਧੀਆ ਕੰਮ ਵੀ ਕਰ ਰਿਹਾ ਦੇਖ ਲਾ ਹੁਣ ਤਾਂ ਵਿਹਲੇ ਵੀ ਨਹੀਂ ਬਹਿੰਦੇ ਸਨੀ ਕਿੱਥੇ ਉੱਪਰ ਹਾਂਜੀ ਉੱਤੇ ਕੰਮ ਕਰਦਾ ਹੋਣਾ ਇਸੇ ਕਰਕੇ ਮੈਂ ਕਹਿੰਦਾ ਹੁੰਦਾ ਜਿਹੜਾ ਪੁਰਾਣਾ ਬੰਦਾ ਉਹ ਆਪਣਾ ਹੀ ਹੁੰਦਾ ਕੋਈ ਨਾ ਮੇਰੇ ਕੋਲ ਹੈਗੀ ਪੇਮੈਂਟ ਸਨੀ ਆਉਂਦਾ ਥੱਲੇ ਫਿਰ ਮੈਂ ਇਹਨਾਂ ਨੂੰ ਕਰਾ ਦਿੰਦਾ ਠੀਕ ਹੈ ਸਤਿ ਸ਼੍ਰੀ ਅਕਾਲ ਸਨੀ ਕਿਵੇਂ ਆ ਕੀ ਕਰਦਾ ਸੀ ਉੱਪਰ ਮੈਂ ਸਫਾਈ ਕਰ ਰਿਹਾ ਸੀ ਹੋ ਗਿਆ ਸਾਰਾ ਕੰਮ ਹਾਂਜੀ ਚਲੋ ਸ਼ਾਬਾਸ਼ ਹਾਂ ਉਰੇ ਆ ਜਾ ਬਾਵੇ ਹਾਂਜੀ ਵੀਰੇ ਉਹ ਸਿਮਰਨ ਨੂੰ ਵੀ ਲਿਆ ਸਿਮਰਨ ਆ ਜਾ ਹਾਂਜੀ ਅੱਜ ਤੁਸੀਂ ਕੀ ਹਰਕਤ ਕੀਤੀ ਦੋਨਾਂ ਨੇ ਸਵੇਰੇ ਹਰਕਤ ਭਾਜੀ ਕੁਛ ਨਹੀਂ ਵੀਰੇ ਮੈਨੂੰ ਇਹਨੇ ਦੱਸਿਆ ਕਿ ਤੁਸੀਂ ਆਪਣੇ ਪੈਸੇ ਕਮੇਟੀ ਵਾਲਿਆਂ ਨੂੰ ਦਿੱਤੇ ਵੀਰੇ ਉਹ ਬੋਲਦੇ ਕਿੰਨਾ ਪਏ ਸੀਗੇ ਤੇ ਮੈਨੂੰ ਬੋਲਦੇ ਪਏ ਸੀ ਤੁਹਾਨੂੰ ਥੋੜੀ ਬੋਲਦੇ ਪਏ ਸੀ ਉਹ ਪਰ ਬੁਰਾ ਸਾਨੂੰ ਲੱਗਿਆ ਵੀਰੇ ਤਾਂ ਕਰਕੇ ਅਸੀਂ ਕੀਤਾ ਇਦਾਂ ਇਹ ਬੁਰਾ ਲੱਗਣ ਵਾਲੀ ਕਿਹੜੀ ਗੱਲ ਸੀ ਸਾਡਾ ਤਾਂ ਸੋ ਲੈਣ ਦੇਣ ਅਸੀਂ ਤਾਂ ਪੈਸੇ ਲੈਣੇ ਵੀ ਹੁੰਦੇ ਆ ਦੇਣੇ ਵੀ ਹੁੰਦੇ ਅਸੀਂ ਵੀ ਕਈਆਂ ਨੂੰ ਬੋਲ ਕੇ ਆਉਂਦੇ ਹਾਂ ਇਹਦਾ ਮਤਲਬ ਇਹ ਥੋੜੀ ਤੁਸੀਂ ਆਪਣੀ ਤਨਖਾਹ 'ਚੋਂ ਪੈਸੇ ਦੇ ਦੋਗੇ ਵੀਰੇ ਸਾਡੇ ਤੋਂ ਦੇਖਿਆ ਨਹੀਂ ਗਿਆ ਜੀ ਯਾਰ ਇਹਦਾ ਮਤਲਬ ਇਹ ਥੋੜੀ ਆ ਤੁਸੀਂ ਜਿਹੜੀ ਤਨਖਾਹ ਘਰੇ ਲੈ ਕੇ ਜਾਣੀ ਹੈ ਤੇ ਤੁਸੀਂ ਪੈਸੇ ਵੰਡੀ ਜਾਓਗੇ ਵੀਰੇ ਅਸੀਂ ਇੱਦਾਂ ਨਹੀਂ ਦੇਖ ਸਕਦੇ ਕਿ ਕੋਈ ਵੀ ਆਣ ਕੇ ਵੀਰੇ ਨੂੰ ਬੋਲੇ ਦੁਕਾਨ ਤੇ ਇਹ ਉਹੀ ਵੀਰਾ ਜਿਹਦੇ ਨਾਲ ਲੜਦੇ ਸੀ ਤੁਸੀਂ 4 ਦਿਨ ਪਹਿਲਾਂ ਵੀਰੇ ਗਿਰੇ ਸ਼ਿਕਵੇ ਭਰਾਵਾਂ ਨਾਲ ਹੀ ਹੁੰਦੇ ਆ ਜੀ ਕੋਈ ਗੱਲ ਨਹੀਂ ਬਾਲੇ ਸਿਆਣੇ ਨਹੀਂ ਹੋਗੇ ਤੁਸੀਂ 2-3 ਦਿਨਾਂ 'ਚ ਇਹੋ ਜਿਹੀ ਹਰਕਤ ਨਾ ਕਰਿਆ ਕਰੋ 8-8000 ਤੇਰੀ ਤਨਖਾਹ ਵਾ 5-5000 ਤੁਸੀਂ ਦੇ ਤਾ 3-3000 ਬਣੂਗਾ ਕੀ ਤੁਹਾਡਾ ਵੀਰੇ ਜੇ ਦੇਣੇ ਹੁੰਦੇ ਨਾ ਇਸ ਤਾਂ 8000 ਵੀ ਦੇ ਦਿੰਦੇ ਬਾਲੇ ਨਾ ਦਾਨੀ ਬਣੋ ਸਾਡਾ ਤਾਂ ਹੁਣ ਕੋਈ ਹੋਰ ਆ ਗਿਆ ਉਹਨੂੰ ਵੀ ਪੈਸੇ ਫੜਾ ਦੋਗੇ ਜਿਨ੍ਹਾਂ ਕੋਲ ਸਮਾਨ ਲੈਣਾ ਜਿਨ੍ਹਾਂ ਦੇ ਪੈਸੇ ਦੇਣੇ ਉਹਨਾਂ ਨੇ ਤਾਂ ਆਉਣਾ ਹੀ ਹੈ ਜੇ ਹੁਣ ਸਾਡੇ ਕੋਲ ਪੈਸੇ ਨਾ ਆਉਂਦੇ ਫਿਰ ਕੀ ਕਰਦੇ ਵੀਰੇ ਆ ਕੀ ਤੁਸੀਂ ਨਾ 6000 ਦੇਤਾ ਗਲਤੀ ਨਾ 6000 ਹੀ ਦੇਣਾ ਸੀ 6000 ਤੈਨੂੰ ਦਿੱਤਾ 6000 ਤੈਨੂੰ ਦਿੱਤਾ ਤੇ ਤੁਸੀਂ ਦਿੱਤਾ ਨਾ 5-5000 ਮੈਂ ਤਾਂ 6-6000 ਹੀ ਦੇਣਾ ਸੀਗਾ ਨਹੀਂ ਵੀਰੇ 5 ਹੀ ਦੇਣਾ ਸੀ 6 ਕਿਉਂ ਦੇਣਾ ਨਹੀਂ ਭਾਜੀ ਇਹ ਤਾਂ 1000 ਰੁਪਏ ਵੱਧ ਦਿੱਤਾ ਜੀ ਤੁਸੀਂ ਤੇ ਤਨਖਾਹ ਨਹੀਂ ਵਧਾਉਣੀ ਸੀ ਵੀਰੇ ਬਟ ਉਹ ਤਾਂ ਮਾਰਚ 'ਚ ਵੱਧ ਹੀ ਆ ਨਾ ਅੱਛਾ ਤਨਖਾਹ ਵਿੱਚ ਇਹਨੇ ਰੋਲੇ ਪਾਏ
ਜਦ ਹੁਣ ਤਨਖਾਹ ਵੱਧ ਮਿਲਦੀ ਆ ਤੇ ਹੁਣ ਮਾਰਚ 'ਚ ਵੱਧਦੀ ਆ ਉਹ ਪੁਰਾਣੀਆਂ ਗੱਲਾਂ ਹੋ ਗਈਆਂ ਠੀਕ ਹੈ ਤਨਖਾਹ ਵਧਾਉਣੀ ਨਹੀਂ ਸੀਗੀ ਪਰ ਜਿਹੜੀ ਤੁਸੀਂ ਅੱਜ ਹਰਕਤ ਕੀਤੀ ਆ ਨਾ ਉਹਦੇ ਕਰਕੇ ਤੁਹਾਡੀ ਤਨਖਾਹ ਵਧੀ ਆ ਤੁਸੀਂ ਅੱਜ ਦਿਲ 'ਚ ਹੋਰ ਜਗ੍ਹਾ ਬਣਾ ਲਈ ਆ ਇਹੀ ਗੱਲ ਮੈਂ ਇਹਨੂੰ ਸਮਝਾਉਣੀ ਚਾਹੁੰਦਾ ਸੀਗਾ ਕਿ ਆਪਾਂ ਇੰਪਲੋਈ ਨੂੰ ਇੰਪਲੋਈ ਨਾ ਸਮਝੀਏ ਆਪਣੀ ਫੈਮਿਲੀ ਦਾ ਮੈਂਬਰ ਸਮਝ ਕੇ ਜੇ ਕੰਮ ਕਰਾਈਏ ਨਾ ਤਾਂ ਔਖੇ ਵੇਲੇ ਵੀ ਕੰਮ ਆਉਂਦਾ ਅੱਜ ਕੱਲ੍ਹ ਤਾਂ ਆਪਣੇ ਨਹੀਂ ਕੰਮ ਆਉਂਦੇ ਤਾਂ ਫਿਰ ਬੇਗਾਨੇ ਸੀ ਵਿਚਾਰੇ ਜੇ ਆਪਣਾ ਸਮਝ ਕੇ ਇਹਨਾਂ ਨੂੰ ਰੱਖਿਆ ਹੋਇਆ ਨਾ ਤਾਂ ਦੇਖ ਲਾ ਉਹਨਾਂ ਨੇ ਮੈਂ ਬੋਲੀ ਗਿਆ ਅਤੇ ਉਹ ਹਟੇ ਨਹੀਂ ਗਏ ਕਹਿੰਦੇ ਜੇ ਵੀਰਾਂ ਨੂੰ ਕੋਈ ਬੋਲੂਗਾ ਤਾਂ ਅਸੀਂ ਤਾਂ ਇਹ ਕੰਮ ਕਰਨਾ ਸੀ 5-8 ਵੀ ਦੇ ਦੇਣਾ ਸੀ ਇਹ ਤੋਂ ਸਿੱਖਿਆ ਪਤਾ ਕੀ ਮਿਲਦੀ ਆ ਕਿ ਜੇ ਤੁਸੀਂ ਪਰਿਵਾਰ 'ਚੋਂ ਤਾਂ ਆਪਣੇ ਸਾਰੇ ਮੈਂਬਰਾਂ ਨੂੰ ਖੁਸ਼ ਰੱਖੋ ਠੀਕ ਹੈ ਜੇ ਤੁਸੀਂ ਆਪਣੀ ਦੁਕਾਨ 'ਤੇ ਹੋ ਜਾਂ ਫੈਕਟਰੀ ਹੋ ਤਾਂ ਆਪਣੇ ਇੰਪਲੋਈਸ ਨੂੰ ਖੁਸ਼ ਰੱਖੋ ਤਾਂ ਬਰਕਤ ਪੈਂਦੀ ਆ ਦੇਖ ਹੁਣ ਗਾਹਕ ਨਹੀਂ ਨਾ ਆ ਰਹੇ ਸੀ ਹੁਣ ਇਹ ਵੀ ਖੁਸ਼ ਹੋ ਕੇ ਕੰਮ ਕਰਨਗੇ ਨਾ ਭਾਵੇਂ ਪਹਿਲਾਂ ਵੀ ਕਰ ਰਹੇ ਸੀ ਹੁਣ ਹੋਰ ਖੁਸ਼ ਹੋ ਕੇ ਕੰਮ ਕਰਨਗੇ ਨਾ ਅਤੇ ਬਰਕਤ ਵੀ ਆਊਗੀ ਗਾਹਕ ਵੀ ਆਊਗਾ ਆਪਣਾ ਵੀ ਵਾਰੇ ਨਿਆਰੇ ਇਹਨਾਂ ਦੇ ਵੀ ਵਾਰੇ ਨਿਆਰੇ ਹੁਣ ਖੁਸ਼ ਹੋ ਹਾਂਜੀ ਵੀਰੇ ਤਾਂ ਪਹਿਲਾਂ ਵੀ ਖੁਸ਼ ਸੀ ਹਮੇਸ਼ਾ ਖੁਸ਼ ਰਿਹਾ ਕਰੋ ਠੀਕ ਹੈ ਜਿੱਥੇ ਕੰਮ ਕਰਨਾ ਉੱਥੇ ਖੁਸ਼ ਹੋ ਕੇ ਕਰਨਾ ਨਹੀਂ ਮਾਨੇਗਾ ਜਵਾਬ ਦੇ ਕੇ ਘਰੇ ਚਲ ਜਾਣਾ ਸਹੀ ਹੈ ਚਲੋ ਹੁਣ ਆਪਣਾ ਕੰਮ ਕਰੋ ਠੀਕ ਹੈ ਦੇਖ ਲਾ ਬਣ ਗਿਆ ਨਾ ਫਿਰ ਪਰਿਵਾਰ ਕੁਛ ਨਹੀਂ ਹੁੰਦਾ 1,000-2,000 ਦੇ ਘੱਟ ਨਹੀਂ ਪੈਂਦੇ ਹੁੰਦੇ ਨਾਲੇ ਆਪਣੇ ਭੈਣ ਭਰਾਵਾਂ ਨੂੰ ਦਿੱਤਿਆਂ ਥੁੜਦਾ ਨਹੀਂ ਹੁੰਦਾ ਠੀਕ ਹੈ ਕਰ ਦਈਏ ਖਤਮ ਵੀਡੀਓ ਸੀਰੀਜ਼ ਖਤਮ ਕਰ ਦਈਏ ਚਲੋ ਆ ਜਾਓ ਫਿਰ ਸੀਰੀਜ਼ ਖਤਮ ਕਰ ਦਈਏ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਇਸ ਵਾਰੀ ਜਿਹੜੀ ਸੀਰੀਜ਼ ਆ ਇਹਨੂੰ ਕਹਿ ਸਕਦੇ ਹਾਂ ਕਿ ਘੱਟ ਵਿਊ ਆਇਆ ਉਹਦਾ ਕਾਰਨ ਇਹ ਸੀਗਾ ਪੇਜ 'ਚ ਦਿੱਕਤ ਆਈ ਹੋਈ ਹੈ ਹੋ ਸਕਦਾ ਸਾਡੇ ਕੰਮ ਹੀ ਕੁਛ ਵਧੀਆ ਨਾ ਚੱਲਿਆ ਹੋਵੇ ਹੈ ਨਾ ਕੁਛ ਵਧੀਆ ਨਾ ਲੱਗਿਆ ਹੋਵੇ ਅਤੇ ਪਰ ਕੋਸ਼ਿਸ਼ ਕੀਤੀ ਹੈ ਕਿ ਵਧੀਆ ਮੈਸੇਜ ਦੇਣ ਦੀ ਅਸੀਂ ਇੱਦਾਂ ਹੀ ਮੈਸੇਜ ਦਿੰਦੇ ਰਹਾਂਗੇ ਵੀਡੀਓ ਚੱਲੇ ਨਾ ਚੱਲੇ ਅਸੀਂ ਆਪਣਾ ਕੰਮ ਕਰਦੇ ਰਹਾਂਗੇ ਠੀਕ ਹੈ ਜੀ ਇਹ ਐਪੀਸੋਡ ਅਸੀਂ 8 ਸੋਚੇ ਸੀ ਪਰ 6 ਦੇ ਵਿੱਚ ਕੰਪਲੀਟ ਕਰ ਰਹੇ ਉਹਦਾ ਇੱਕ ਮੇਨ ਰੀਜ਼ਨ ਇਹ ਹੈ ਕਿ ਸਾਡੇ ਘਰ ਵੀ ਕੋਈ ਵਰਕ ਚੱਲਦਾ ਪਿਆ ਉਹਦੇ 'ਤੇ ਜ਼ਿਆਦਾ ਧਿਆਨ ਹੁੰਦਾ ਆ ਨਹੀਂ ਹੁੰਦਾ ਠੀਕ ਹੈ ਜੀ ਕੁਛ ਸਿਹਤਾਂ ਇਹੋ ਜਿਹੀਆਂ ਨੇ ਮੌਸਮ ਚੇਂਜ ਹੋਣ ਦੇ ਨਾਲ ਨਾਲ ਸਿਹਤਾਂ 'ਚ ਥੋੜ੍ਹਾ ਜਿਹਾ ਫਰਕ ਪਿਆ ਹੋਇਆ ਅਤੇ 2-3 ਚੀਜ਼ਾਂ ਹੋਰ ਨਵੀਆਂ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ ਹੁਣ ਸ਼ੋਰਟ ਕਨਸੈਪਟ ਜਿਹੜੇ ਉਹ ਆਉਣਗੇ ਸੀਰੀਜ਼ ਅਜੇ ਥੋੜ੍ਹੀ ਜਿਹੀ ਲੇਟ ਕੱਢਾਂਗੇ ਠੀਕ ਹੈ ਤੁਹਾਨੂੰ ਪਿਛਲੀ ਵੀਡੀਓ ਦੇ ਐਂਡ ਦੇ ਵਿੱਚ ਵੀ ਕਿਹਾ ਸੀਗਾ ਕਿ OSNE ਪੇਜ ਹੈ ਕੋਮੇਡੀ ਵੀਡੀਓ ਦੇ ਲਈ ਹਰਜਿੰਦਰ ਸਿੰਘ ਪੇਜ ਹੈ ਸ਼ੋਰਟ ਕਨਸੈਪਟਸ ਦੇ ਲਈ ਹੁਣ ਜਿਹੜਾ ਸੁਰਿੰਦਰ ਸਿੰਘ ਪੇਜ ਜਿੱਥੇ ਤੁਸੀਂ ਆਹ ਵੀਡੀਓ ਦੇਖ ਰਹੇ ਹੋ ਇੱਥੇ ਵੀ ਸ਼ੋਰਟਸ ਕਨਸੈਪਟ ਆਉਣਗੇ ਕੁਛ ਵਧੀਆ ਮੈਸੇਜ ਦੇਣ ਦੀ ਕੋਸ਼ਿਸ਼ ਕਰਾਂਗੇ ਸਿਮਰਨ ਸੰਧੂ ਦੇ ਨਾਮ 'ਤੇ ਸਾਡੀ ਗੁੜੀਆ ਦਾ ਚੈਨਲ ਹੈ ਹੈ ਨਾ ਬਲੌਕ ਕਰ ਦਿਓ ਇਹਨੂੰ ਨਹੀਂ ਫੋਲੋ ਕਹਿੰਦੇ ਹੁੰਦੇ ਨਾ ਫੋਲੋ ਕਰ ਲਓ ਫੋਲੋ ਕਰ ਲਓ ਇੱਕ ਆ ਗਿਟਕ ਜੀ ਸਾਡੀ ਇਹ ਜਿਹੜੀ ਸਾਡੀ ਕੀ ਨਾਮ ਇਹਦਾ ਨੇਹਾ ਗੌਤਮ ਅਤੇ ਇਹ ਸਾਡੇ ਜਿਹੜੇ ਪਿਛਲੀ ਵਾਰੀ ਰਿਸ਼ਤਾ ਭਾਨੀ ਮਾਰਨ ਵਾਲੇ ਅਤੇ ਇਸ ਵਾਰੀ ਕਮੇਟੀ ਲੈਣ ਵਾਲੇ ਸਾਡੇ ਕਰੈਕਟਰ ਦੇਖੋ ਇਹ ਸਾਡਾ ਪਰਿਵਾਰ ਹੈ ਜਿੱਥੇ ਸਾਨੂੰ ਜਿਹੜੇ ਕਰੈਕਟਰ ਜਿਹੜਾ ਸੂਟੇਬਲ ਕਰੈਕਟਰ ਹੁੰਦਾ ਅਸੀਂ ਨਾਲ ਅਸੀਂ ਐਡ ਕਰ ਲੈਂਦੇ ਹਾਂ ਅਤੇ ਇੱਕ ਫੈਮਿਲੀ ਬਣੀ ਹੋਈ ਹੈ ਠੀਕ ਹੈ ਜੀ ਇਹਨਾਂ ਦਾ ਬੁਟੀਕ ਦਾ ਕੰਮ ਹੈ ਆਪਣੇ ਇੱਧਰ ਏਰੀਏ ਦੇ ਵਿੱਚ ਹੀ ਜੇ ਸਾਨੂੰ ਕੋਈ ਲੁਧਿਆਣੇ ਤੋਂ ਦੇਖਦਾ ਗਿੱਲ ਰੋਡ ਕੁਆਲਿਟੀ ਚੌਂਕ ਸ਼ਿਮਲਾਪੁਰੀ ਜਿੰਨਾ ਵੀ ਏਰੀਆ ਹੈ ਨਾ ਜਾਂ ਗਿੱਲ ਪਿੰਡ ਹੋ ਗਿਆ ਗਿੱਲ ਰੋਡ ਦੇ ਜਿੰਨੇ ਵੀ ਏਰੀਏ ਨੇ ਹੈ ਨਾ ਜੇ ਕੋਈ ਸਟਿਚਿੰਗ ਦਾ ਕੋਈ ਕੰਮ ਕਰਵਾਉਣਾ ਚਾਹੁੰਦਾ ਸੂਟਾਂ ਦਾ ਕੰਮ ਕਰਵਾਉਣਾ ਚਾਹੁੰਦਾ ਮੈਂ ਵੀਡੀਓ ਤੋਂ ਥੱਲੇ ਨੰਬਰ ਦੇ ਦਿੰਦਾ ਇਹਨਾਂ ਦਾ ਨੰਬਰ ਦੇ ਦਈਏ ਨੰਬਰ ਦੇ ਦਿੰਦਾ ਅਤੇ ਇੱਕ ਵਾਰੀ ਐਡਰੈਸ ਵੀ ਤੁਹਾਨੂੰ ਸਮਝਾ ਦੇਣਾ ਜਦੋਂ ਗਿੱਲਾਂ ਵਾਲੀ ਨਹਿਰ 'ਤੇ ਆਉਂਦੇ ਹਾਂ ਗਿੱਲਾਂ ਵਾਲੀ ਨਹਿਰ 'ਤੇ ਜਦੋਂ ਸ਼ਿਮਲਾਪੁਰੀ ਵੱਲ ਮੁੜਦੇ ਹਾਂ ਚਿਮਨੀ ਰੋਡ ਵੱਲ ਠੀਕ ਹੈ ਕੁਆਲਿਟੀ ਚੌਂਕ ਤੋਂ ਪਹਿਲਾਂ ਪੋਸਟ ਆਫਿਸ ਆਉਂਦਾ ਪੋਸਟ ਆਫਿਸ ਦੇ ਬਿਲਕੁਲ ਉੱਤੇ ਹੀ ਹੈ ਜੀ ਇਹਨਾਂ ਦਾ ਬੁਟੀਕ ਹੈ ਘਰ ਦੇ ਵਿੱਚ ਹੀ ਬਣਾਇਆ ਹੋਇਆ ਹੱਥੀਂ ਕਿਰਤ ਕਰਦੇ ਨੇ ਵਧੀਆ ਕੰਮ ਕਰਦੇ ਨੇ ਇਹਨਾਂ ਦੇ ਕਾਫੀ ਅਵਾਰਡ ਵੀ ਨੇ ਹੈ ਨਾ ਅਵਾਰਡ ਵੀ ਜਿੱਤੇ ਹੋਏ ਨੇ ਨਾ ਅਤੇ ਬਿਨਾਂ ਕਿਸੇ ਉਹ ਇੰਸਟੀਟਿਊਟ ਦੇ ਜਿਹੜੇ ਡਿਪਲੋਮੇ ਵਗੈਰਾ ਤੋਂ ਬਗੈਰ ਹੀ ਹੈ ਨਾ ਇਹਨਾਂ ਨੇ ਕਾਫੀ ਅਵਾਰਡ ਵੀ ਜਿੱਤੇ ਹੋਏ ਨੇ ਘਰ ਘਰ ਦੇ ਵਿੱਚ ਸੂਟ ਪੈਂਦੇ ਨੇ ਸੂਟਾਂ ਦੀ ਜਿਹੜੀ ਸਟਿਚਿੰਗ ਹੈ ਉਹ ਤੁਸੀਂ ਅਲੱਗ ਅਲੱਗ ਜਗ੍ਹਾ ਤੋਂ ਜ਼ਰੂਰ ਕਰਾਉਂਦੇ ਹੋਵੋਗੇ ਅਤੇ ਇਹਨਾਂ ਨੂੰ ਵੀ ਮੌਕਾ ਦਿਓ ਵੀਡੀਓ ਦੇ ਥੱਲੇ ਨੰਬਰ ਹੁਣੇ ਆਪਾਂ ਮੈਂਸ਼ਨ ਕਰ ਦਾਂਗੇ ਜੇ ਕਹੋ ਤਾਂ ਮੈਂ ਬੋਲ ਵੀ ਦਿੰਦਾ ਨੰਬਰ ਹੈ ਨਾ ਕੀ ਨੰਬਰ ਹੈ ਮੈਨੂੰ ਦੱਸਿਓ 8306058 83605 83 6 0 5 83 0 83 6 0 5 83 0 5 83 0 7 83 0 7 83 0 7 ਇਹ ਇਹਨਾਂ ਦਾ ਨੰਬਰ ਹੈ ਜੀ ਜੇ ਕਿਸੇ ਨੇ ਕੰਟੈਕਟ ਕਰਨਾ ਤੁਸੀਂ ਕਰ ਸਕਦੇ ਹੋ ਸਿਰਫ ਸੂਟਾਂ ਦੇ ਲਈ ਐਂ ਨਾ ਕਰਿਓ ਫੋਨ ਕਰਕੇ ਕਿਹੋ ਜੀ ਸੁਰਿੰਦਰ ਭਾਈ ਨਾਲ ਗੱਲ ਕਰਾ ਦਿਓ ਉਹ ਨਹੀਂ ਹੋਣੀ
ਕਿਉਂਕਿ ਮੈਂ ਵੀ ਨਹੀਂ ਫੋਨ ਚੱਕਦਾ ਇਹਨਾਂ ਦਾ ਅਤੇ ਇਹ ਸਾਡਾ ਪਰਿਵਾਰ ਹੈ ਜੀ, ਇੱਦਾਂ ਹੀ ਅਸੀਂ ਵੀਡੀਓ ਲੈ ਕੇ ਆਉਂਦੇ ਰਹਾਂਗੇ। ਜਿਨ੍ਹਾਂ ਨੇ ਸਾਡੇ ਬਾਰੇ ਮਾੜਾ ਸੋਚਣਾ ਉਹ ਕਰੀ ਜਾ ਰਹੇ ਨੇ ਆਪਣਾ ਕੰਮ, ਰੱਬ ਉਹਨਾਂ ਦਾ ਵੀ ਭਲਾ ਕਰੇ। ਜਿਹੜਾ ਸਾਡਾ ਚੰਗਾ ਸੋਚਦੇ ਨੇ ਰੱਬ ਉਹਨਾਂ ਦਾ ਭਲਾ ਤਾਂ ਕਰ ਹੀ ਰਿਹਾ ਅਤੇ ਕਰਦਾ ਵੀ ਰਹੂਗਾ। ਯਾਦ ਰੱਖਿਆ ਕਰੋ ਸਾਨੂੰ, ਜੇ ਵੀਡੀਓ ਵਧੀਆ ਲੱਗਦੀ ਹੁੰਦੀ ਸ਼ੇਅਰ ਜ਼ਰੂਰ ਕਰਦਿਆ ਕਰੋ, ਕਿਉਂਕਿ ਤੁਹਾਡੇ ਸ਼ੇਅਰ ਕਰਨ ਨਾਲ ਸਾਡਾ ਹੌਂਸਲਾ ਹੋਰ ਵੱਧਦਾ ਅਤੇ ਅਸੀਂ ਫਿਰ ਉਸ ਤੋਂ ਵੀ ਵਧੀਆ ਚੀਜ਼ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ। ਬਹੁਤ ਅੱਛੀ ਸੀਰੀਜ਼ ਨਵੀਂ ਤਿਆਰ ਹੋ ਰਹੀ ਹੈ, ਹਜੇ ਸ਼ੂਟ ਸ਼ੁਰੂ ਨਹੀਂ ਹੋਇਆ, ਸਿਰਫ ਕੰਸੈਪਟ ਰੀਡਿੰਗ ਜੋ ਵੀ ਹੋ ਰਿਹਾ ਉਹਦੇ ਸਾਊਂਡ ਵਗੈਰਾ ਰੈਡੀ ਹੋ ਰਹੇ ਨੇ, ਬਹੁਤ ਜਲਦੀ ਲੈ ਕੇ ਆ ਰਹੇ ਹਾਂ। ਥੈਂਕ ਯੂ ਸੋ ਮੱਚ ਫੋਰ ਵਾਚਿੰਗ ਦਿਸ ਵੀਡੀਓ, ਇੰਨਾ ਪਿਆਰ ਦੇਣ ਲਈ ਧੰਨਵਾਦ। ਤੁਸੀਂ ਵੀ ਬੋਲ ਦਿਓ ਯਾਰ, ਕੁਛ ਬੋਲ ਦਿਓ। ਦੁਪੱਟਾ ਲਿਆ ਨਾ ਉੜੇ ਆੜੇ ਵਾਲਾ, ਇਹ ਜੇਪੀ ਪੰਜਾਬੀ ਵਾਲਿਆਂ ਦਾ, ਉਹਨਾਂ ਦਾ ਵੀ ਪੇਜ ਹੈਗਾ, ਉਹਨਾਂ ਨੂੰ ਵੀ ਆਰਡਰ ਕਰਦਿਆ ਕਰੋ ਜੇ ਚੀਜ਼ ਚਾਹੀਦੀ। ਘੁੰਮ ਕੇ ਦਿਖਾ ਦੇ ਕਰੀ, ਕਿਆ ਬਾਤ ਹੈ, ਕਿਆ ਬਾਤ ਹੈ, ਉੜਾ ਆੜਾ ਈੜੀ ਸੱਸਾ। ਹਾਂ ਥੈਂਕ ਯੂ ਸੋ ਮੱਚ, ਕਿਸੇ ਨੂੰ ਤਾਂ ਆਣ ਲੱਗ ਜੂਗਾ ਉੜਾ।